स्क्रीन भी सर शेयर करनी हेलो हाँ जी, जी सर मैं क्या स्क्रीन शेयर करनी आवाज ठीक नहीं है हाँ जी सर नेटवर्क इशू लग गया सर स्क्रीन सर मैं पूछ रही थी कि शेयर करनी है ना नहीं यार स्क्रीन दी लोड ਨਹੀਂ ਹੈ वैसे भी वो स्क्रीन चल लेगी ओके okay, सर ठीक है सो so, के स्टार्ट कर दे सर हेलो एंड वेलकम बैक एंड गुड इवनिंग टू ऑल ऑफ यू एंड गुड मॉर्निंग डॉक्टर साहब गुड मॉर्निंग ਐਂਡ ਆਪਾਂ ਦਵਾਰਾ ਤੋਂ ਫੇਰ ਰੁਬਰੂ ਹੋਏ ਆ ਆਪਣਾ ਇੱਕ ਬਹੁਤ ਹੀ ਵਧੀਆ ਜੇ ਟੌਪਿਕ ਦੇ ਨਾਲ ਤੇ ਕੁਝ ਟਾਈਮ ਤੋਂ ਆਪਾਂ ਨਵੇਂ ਫੈਸ਼ਨ ਲਗਾ ਰਹੇ ਸੀਗੇ ਤੇ ਬਟ ਰੀਸੈਂਟਲੀ ਆਪਾਂ ਇੱਕ ਜਿਹੜਾ ਬਹੁਤ ਹੀ ਵਧੀਆ ਟੌਪਿਕ ਜਿਹੜਾ ਹੈਗਾ ਕਿ ਵਾਟ ਆਰ ਦ ਬੈਨੀਫਿਟਸ ਐਂਡ ਡਰਾਅਬੈਕਸ ਆਫ ਮਿਲਕ ਕੰਜ਼ਮਪਸ਼ਨ ਕਿ ਦੁੱਧ ਪੀਣਾ ਚਾਹੀਦਾ ਜਾਂ ਨਹੀਂ ਪੀਣਾ ਚਾਹੀਦਾ ਜੇ ਪੀਣਾ ਚਾਹੀਦਾ ਤਾਂ ਕਿਉਂ ਪੀਣਾ ਚਾਹੀਦਾ ਤੇ ਨਹੀਂ ਪੀਣਾ ਚਾਹੀਦਾ ਤਾਂ ਕਿਉਂ ਨਹੀਂ ਇਹ ਡਾਕਟਰ ਸਾਹਿਬ ਸਾਨੂੰ ਅੱਜ ਇਸ ਸੈਸ਼ਨ ਦੇ ਵਿੱਚ ਕਲੀਅਰ ਕਰਨਗੇ ਤੇ ਅਸੀਂ ਵੈਲਕਮ ਕਰਦੇ ਹਾਂ ਡਾਕਟਰ ਸਾਹਿਬ ਦਾ ਡਾਕਟਰ ਜਗਤਜੀਤ ਸਿੰਘ ਵਿਰਕ ਜੀ ਐਮਬੀਬੀਐਸ ਐਫਐਮਐਸ ਐਫਸੀਜੀਪੀ ਪੀਜੀਟੀ ਜੀਐਮ ਸਾਡੇ ਨਾਲ ਫੇਰ ਤੋਂ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਰੂਬਰੂ ਹੋਇਆ ਹੈ ਦੇ ਅੱਜ ਦਾ ਇਹ ਬਹੁਤ ਇੰਪੋਰਟੈਂਟ ਸੈਸ਼ਨ ਵਾਰੇ ਡਾਕਟਰ ਸਾਹਿਬ ਤੋਂ ਅਸੀਂ ਬਹੁਤ ساریਆਂ ਚੀਜ਼ਾਂ ਕਲੀਅਰ ਕਰਾਂਗੇ ਵੈਲਕਮ ਡਾਕਟਰ ਸਾਹਿਬ ਥੈਂਕ ਯੂ ਚਿਤਨਾ ਜੀ ਮੈਂ ਆਪਣੇ ਭੈਣਾ ਔਰ ਭਰਾਵਾਂ ਦਾ ਬਹੁਤ ਸਵਾਗਤ ਕਰਦਾ ਇਸ Webiner ਦੇ ਵਿੱਚ ਅੱਜ ਵੀ ਪਹਿਲਾਂ ਦੀ ਤਰ੍ਹਾਂ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਲੈ ਕੇ ਹਾਜ਼ਰ ਹੋਏ ਹਾਂ ਬਹੁਤਿਆਂ ਦਾ ਖਿਆਲ ਹੈ ਕਿ ਦੁੱਧ ਪੀਣਾ ਚਾਹੀਦਾ ਜਾ ਨਹੀਂ ਪੀਣਾ ਚਾਹੀਦਾ ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਆਪਣੇ ਇੰਟਰਨੈਟ ਦੇ ਵਿੱਚ ਬਹੁਤ ਸਾਰੀਆਂ ਪ੍ਰਾਂਤੀਆਂ ਇਹਦੇ ਬਾਰੇ ਚ ਹੈ ਇਹ ਪ੍ਰਾਂਤੀਆਂ ਕਿਸੇ ਹੱਦ ਤੱਕ ਠੀਕ ਵੀ ਹਨ ਕਿਉਂਕਿ ਸਾਨੂੰ ਉਹ ਇਹ ਨਹੀਂ ਦੱਸਦੇ ਕਿ ਉਹ ਕਿਹੜੇ ਦੁੱਧ ਦੀ ਗੱਲ ਕਰ ਰਹੇ ਆ ਕਿਸ ਤਰ੍ਹਾਂ ਦੀ ਗੱਲ ਕਰ ਰਹੇ ਆ ਕੋਈ ਦੁੱਧ ਕਿੰਨਾ ਪੀਂਦਾ ਹੈ ਉਹਦੀ ਆਪਣੀ ਪਰਸਨਲ ਲਾਈਫ ਕਿਸ ਤਰ੍ਹਾਂ ਦੀ ਹੈ ਔਰ ਉਹ ਕਿਹੜੀ ਹਾਲਤ ਦੇ ਵਿੱਚ ਦੁੱਧ ਪੀਂਦਾ ਹੈ ਸੋ ਅਗਰ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖੀਏ ਤੇ ਫਿਰ ਇੱਕ ਨਿਸ਼ਕਰਸ਼ ਤੇ ਪਹੁੰਚੀਏ ਤਾਂ ਫਿਰ ਇਹ ਬਹੁਤ ਠੀਕ ਹੋਏਗਾ ਦੁੱਧ ਦੀ ਕੰਜ਼ਮਪਸ਼ਨ ਜਿਹੜੀ ਹੈ ਉਹ ਹਜ਼ਾਰਾਂ ਸਾਲਾਂ ਤੋਂ ਇਨਸਾਨ ਕਰਦਾ ਆ ਰਿਹਾ ਔਰ ਸਾਡੇ ਬਜ਼ੁਰਗ ਇਸ ਨੂੰ ਇੱਕ ਬਹੁਤ ਹੀ ਮਹੱਤਵਪੂਰਨ ਭੋਜਨ ਦੀ ਤਰ੍ਹਾਂ ਇਸਤੇਮਾਲ ਕਰਦੇ ਰਹੇ ਆ ਪਰ ਅੱਜ ਜੋ ਕਮਰਸ਼ੀਅਲਾਈਜ਼ੇਸ਼ਨ ਦਾ ਯੋਗ ਆ ਗਿਆ ਹੈ ਇਹਦੇ ਵਿੱਚ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਨੇਚਰਲ ਚੀਜ਼ਾਂ ਸੀ ਉਹ ਸਾਰੀਆਂ ਚੀਜ਼ਾਂ ਬਦਲ ਗਈਆਂ ਆ ਇਸ ਕਰਕੇ ਇਹਦੇ ਵਿੱਚ ਸਾਨੂੰ ਬੜਾ ਧਿਆਨ ਰੱਖਣਾ ਪੈਂਦਾ ਆ ਕਿ ਜੋ ਕੁਝ ਅਸੀਂ ਇੰਟਰਨੈਟ ਦੇ ਉੱਤੇ ਜਾਂ ਲੋਕਾਂ ਤੋਂ ਸੁਣਦੇ ਆ ਉਹਨੂੰ ਕੋਖਣ ਦੀ ਸਾਨੂੰ ਆਪਣੇ ਆਪ ਦੇ ਵਿੱਚ ਬਹੁਤ ਸਮਰੱਥਾ ਹੋਣੀ ਚਾਹੀਦੀ ਆ ਜੋ ਵੀ ਚੀਜ਼ ਅਸੀਂ ਖਾਣੀਆਂ ਪੀਣੀਆਂ ਲੈਣੀਆਂ ਉਹਨੂੰ ਅਸੀਂ ਆਪਣੇ ਤਰਾਜ਼ੂ ਤੇ ਤੋਲ ਕੇ ਫੇਰ ਹੀ ਕਰਨਾ ਚਾਹੀਦਾ ਹੈ ਕਿਉਂਕਿ ਜਦ ਦੀ ਕਮਰਸ਼ੀਅਲਾਈਜੇਸ਼ਨ ਹੋਈ ਆ ਤੇ ਹਰ ਤਰ੍ਹਾਂ ਦੇ ਦੁੱਧ ਜਿਹੜੇ ਹੈ ਉਹ ਬਾਜ਼ਾਰ ਦੇ ਵਿੱਚ ਉਪਲਬਧ ਹਨ ਔਰ ਉਹਨਾਂ ਨੇ ਦੁੱਧ ਨੂੰ ਇੱਕ ਬਹੁਤ ਜਿਹੜਾ ਨੈਚੁਰਲ ਦੁੱਧ ਹੈ ਉਹਦੇ ਬਾਰੇ ਚ ਬਹੁਤ ਪ੍ਰਾਂਤੀਆਂ ਜੜੀਆਂ ਹੈ ਉਹ ਦਿਮਾਗ ਦੇ ਵਿੱਚ ਪਾਣੀਆਂ ਹੈਗੀਆਂ ਆ ਔਰ ਅਸੀਂ ਦੇਖਣਾ ਹੈ ਕਿ ਅਸੀਂ ਕੀ ਖਾ ਰਹੇ ਹਾਂ ਤੇ ਕੀ ਪੀ ਰਹੇ ਹੈਗੇ ਹਾਂ ਵੈਸੇ ਤਾਂ ਜਿਹੜਾ ਦੁੱਧ ਹੈ ਉਹ ਜਿਹੜੀ ਅਸੀਂ ਪੁਰਾਣੀ ਜ਼ਮਾਨੇ ਦੀ گاਵਾਂ ਦੇ ਵਿੱਚੋਂ ਲੈਂਦੇ ਸੀ ਚੁੰਦੇ ਸੀ ਉਹ ਦੁੱਧ ਕਾਫੀ ਹੱਦ ਤੱਕ ਠੀਕ ਸੀ ਕਿਉਂਕਿ ਉਹ گاਵਾਂ ਜਿਹੜੀਆਂ ਸੀ ਉਹ ਕਾਫੀ ਦੇਰ ਤੋਂ ਸਾਡੇ ਜੀਵਨ ਦੇ ਵਿੱਚ ਉਹਦੀਆਂ ਸਨ ਉਹਨਾਂ ਦੇ ਦੁੱਧ ਦੇ ਵਿੱਚ ਕੋਈ ਮੋਡੀਫਿਕੇਸ਼ਨ ਨਹੀਂ ਸੀ ਔਰ ਲੋਕਾਂ ਦੀ ਹਾਲਤ ਵੀ ਇਸ ਤਰ੍ਹਾਂ ਦੀ ਸੀ ਕਿ ਉਹ ਦੁੱਧ ਤੋਂ ਬਿਨਾਂ ਹੋਰ ਕਿਸੇ ਭੋਜਨ ਤੋਂ ਉਹ ਪਦਾਰਥ ਉਹ ਨਿਊਟ੍ਰੀਐਂਟਸ ਨਹੀਂ ਸੀ ਲੈ ਸਕਦੇ ਜਿਹੜੇ ਕਿ ਉਹ ਦੁੱਧ ਤੋਂ ਲੈਂਦੇ ਸੀ ਉਹਨਾਂ ਦੇ ਲਈ ਦੁੱਧ ਦਾ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਸੀ ਔਰ ਲਾਹੇਵੰਦ ਸੀ ਪਰ ਅੱਜ ਦੇ ਯੁੱਗ ਦੇ ਵਿੱਚ ਦੁੱਧ ਤੋਂ ਬਿਨਾ ਹੋਰ ਕਈ ਪਦਾਰਥ ਐਸੇ ਹਨ ਜਿਨ੍ਹਾਂ ਤੋਂ ਅਸੀਂ ਕਾਫੀ ਤਰ੍ਹਾਂ ਦੇ ਨਿਊਟ੍ਰੀਐਂਟਸ ਜਿਹੜੇ ਹੈ ਸਾਡੀ ਬਾਡੀ ਲਈ ਲੋੜੀਂਦੇ ਆ ਉਹ ਅਸੀਂ ਲੈ ਸਕਦੇ ਹਾਂ ਇਸ ਲਈ ਸਾਨੂੰ ਇਹ ਸੋਚਣਾ ਪਏਗਾ ਕਿ ਅਸੀਂ ਕੀ ਲੈਣਾ ਹੈ ਤੇ ਕੀ ਨਹੀਂ ਲੈਣਾ ਹੈ ਜਿਹੜੀਆਂ ਪੁਰਾਣੀਆਂ ਦੇਸੀ ਗਾਵਾਂ ਸੀ ਉਹਨਾਂ ਦੇ ਦੁੱਧ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਅਲਰਜੀ ਜਾਂ ਇਨਟੋਲਰੈਂਸ ਟਾਈਪ ਦੀ ਚੀਜ਼ ਨਹੀਂ ਸੀ ਹੁੰਦੀ ਅਗਰ ਹੁੰਦੀ ਵੀ ਸੀ ਤਾਂ ਬਹੁਤ ਮਾਈਨਰ ਪਰ ਜਿਆਦਾ ਇਹ ਵੈਸਟਰਨ ਟਾਈਪ ਜਿਹੜੀਆਂ گاਵਾਆਂ ਹੈਗੀਆਂ ਆ ਉਹਨਾਂ ਦੇ ਦੁੱਧ ਦੀ ਗੱਲ ਆndi ਹੈ ਤਾਂ ਇਹ گاਵਾਆਂ ਜਿਹੜੀਆਂ ਹੈ ਇਹ ਹਾਈਬ੍ਰਿਡ گاਵਾਆਂ ਹੈ ਜੈਨੇਟਿਕਲੀ ਮੋਡੀਫਾਈਡ ਗਾਵਾਂ ਹਨ ਇਹਨਾਂ ਦੇ ਦੁੱਧ ਦੇ ਵਿੱਚ ਜਿਹੜੀ ਇਹਨਾਂ ਦੀ ਦੁੱਧ ਦੀ ਪ੍ਰੋਟੀਨ ਹੈ ਉਹਦੇ ਵਿੱਚ ਕਾਫੀ ਫਰਕ ਪੈ ਗਿਆ ਔਰ ਉਹ ਬਹੁਤੇ ਲੋਕਾਂ ਨੂੰ ਮਾਫਕ ਨਹੀਂ ਹੁੰਦੇ ਔਰ ਇਸ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਦੁੱਧ ਤੋਂ ਹੁੰਦੀਆਂ ਹਨ ਜੇ ਜਨਰਲ ਤੌਰ ਦੇ ਉੱਤੇ ਗੱਲ ਕਰੀਏ ਕਿ ਦੁੱਧ ਦੇ ਵਿੱਚ ਤਕਰੀਬਨ ਇਹ ਜਿਹੜੇ 22 ਸਾਡੇ ਨਿਊਟ੍ਰੀਐਂਟਸ ਹੈਗੇ ਆ ਉਹਨਾਂ ਦੇ ਵਿੱਚੋਂ 18 ਜਿਹੜੇ ਹੈਗੇ ਆ ਉਹ ਦੁੱਧ ਦੇ ਵਿੱਚ ਹੁੰਦੇ ਆ ਤੋਂ ਇਸ ਕਰਕੇ ਇਹਦੀ ਜਿਹੜੀ ਸ਼ਕਤੀ ਹੈਗੀ ਆ ਭਰਪੂਰ ਹੈ ਪਰ ਇਹ ਜਿਹੜਾ ਦੁੱਧ ਹੈ ਇਹ ਦੇ ਲਈ ਮੈਂ ਗੱਲ ਕਰਦਾ ਆ ਕਿ ਜਿਹੜਾ ਮਾਂ ਦਾ ਦੁੱਧ ਹੈਗਾ ਆ ਉਹ ਸਭ ਤੋਂ ਉੱਤਮ ਦੁੱਧ ਹੈ ਬੱਚੇ ਦੇ ਲਈ ਉਹ ਪਰਮਾਤਮਾ ਵੱਲੋਂ ਇੱਕ ਬਹੁਤ ਬਖਸ਼ਿਸ਼ ਹੈ ਕਿ ਉਹ ਦੁੱਧ ਬੱਚੇ ਨੂੰ ਉਹਦੀ ਪਹਿਲੀ ਲਾਈਫ ਦੇ ਵਿੱਚ ਕਿਸ ਤਰ੍ਹਾਂ ਜ਼ਿੰਦਗੀ ਪ੍ਰਦਾਨ ਕਰਦਾ ਹੈ ਕਿਸ ਤਰ੍ਹਾਂ ਉਹਦੀ ਗਰੋਥ ਹੁੰਦੀ ਹੈਗੀ ਆ ਔਰ ਉਹਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਉਹ ਦੁੱਧ ਬਚਾਉਂਦਾ ਹੈ ਜੇ ਗੱਲ ਕਰੀਏ ਆਲਟਰਨੇਟਿਵ ਦੁੱਧ ਦੇਣ ਦੀ ਤਾਂ ਬੱਚਿਆਂ ਲਈ ਜਿਹੜਾ ਦੁੱਧ ਹੈ ਦੂਸਰੀ ਸਪੀਸੀਸ ਦਾ ਉਹ ਨਾਰਮਲੀ ਠੀਕ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਮਾਂ ਦੇ ਦੁੱਧ ਦੀ ਬਣਤਰ ਹੈ ਉਸ ਤਰ੍ਹਾਂ ਦੇ ਦੁੱਧ ਦੀ ਬਣਤਰ ਦੂਸਰੀ ਹਰ ਸਪੀਸੀਜ਼ ਦਾ ਜਿਹੜਾ ਦੁੱਧ ਹੈ ਉਹ ਪਰਮਾਤਮਾ ਨੇ ਉਸ ਸਪੀਸੀਜ਼ ਦੇ ਗਰੋਥ ਲਈ ਤਿਆਰ ਕੀਤਾ ਹੈਗਾ ਆ ਫਾਰ ਐਗਜ਼ਾਮਪਲ ਕਿ ਇੱਕ ਬੱਚਾ ਜਿਹੜਾ ਹੈ ਜਦੋਂ ਉਹ ਮਾਂ ਦਾ ਦੁੱਧ ਪੀਂਦਾ ਹੈ ਤਾਂ ਉਹ ਸਾਲ ਦੇ ਵਿੱਚ 80 ਕਿਲੋਗ੍ਰਾਮ ਦਾ ਹੋ ਜਾਂਦਾ ਹੈਗਾ ਆ। ਔਰ ਜਿਹੜਾ ਇੱਕ ਬਛੜਾ ਹੈ ਜਿਹੜਾ ਕਿ ਗਾਂ ਦਾ ਬਛੜਾ ਹੈ ਉਹਦੀ ਮਾਂ ਦਾ ਦੁੱਧ ਪੀ ਕੇ ਯਾਨੀ ਗਾਂ ਦਾ ਦੁੱਧ ਪੀ ਕੇ ਉਹ ਬਛੜਾ ਇੱਕ ਸਾਲ ਦੇ ਵਿੱਚ 500 ਤੋਂ 1000 ਕਿਲੋ ਹੋ ਜਾਂਦਾ ਹੈ। ਸੋ ਇਹ ਜਿਹੜੀ ਦੁੱਧ ਦੀ ਬਣਤਰ ਹੈ ਇਹ ਹਰ ਸਪੀਸੀਜ਼ ਦੀ ਅਲੱਗ-ਅਲੱਗ ਹੈ। ਔਰ ਉਹਨੂੰ ਅਸੀਂ ਕੰਪੇਅਰ ਨਹੀਂ ਕਰ ਸਕਦੇ ਕਿ ਇੱਕ ਸਪੀਸੀਜ਼ ਦਾ ਦੁੱਧ ਦੂਸਰੇ ਸਪੀਸੀਜ਼ ਲਈ ਕਿੰਨਾ ਕੁ ਮੁਆਫਕ ਹੈ ਇਹ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੈਗੇ ਔਰ ਫਿਰ ਜੇ ਗੱਲ ਕਰੀਏ ਕਿ ਦੁੱਧ ਜਿਹੜਾ ਹੈ ਜਿਹੜਾ ਪੁਰਾਣਾ ਦੁੱਧ ਸੀ ਉਹ ਪਿਓਰ ਸੀ ਉਹਦੇ ਵਿੱਚ ਇਹ ਜਿਹੜੀ گاਵਾਾਂ ਦੀ ਖੁਰਾਕ ਸੀ ਉਹ ਨੈਚੁਰਲ ਸੀ ਗਾਵਾ ਜਿਹੜੀਆਂ ਸੀ ਚਰਾੰਦਾਂ ਦੇ ਵਿੱਚ ਚੜਦੀਆਂ ਸੀ ਹਰਾ ਖਰਾ ਜਰਾ ਲੈਂਦੀਆਂ ਸੀ ਔਰ ਉਹਨਾਂ ਦੇ ਵਿੱਚ ਕਾਫੀ ਤਰ੍ਹਾਂ ਦੇ ਜਿਹੜੇ ਦੁੱਧ ਦੇ ਨਿਊਟ੍ਰੀਐਂਟ ਸੀ ਉਹ ਪ੍ਰੈਜ਼ੈਂਟ ਹੁੰਦੇ ਸੀ ਪਰ ਅੱਜ ਜਿਹੜਾ ਹੈ ਅੱਜ ਕੋਈ ਵੀ ਗਾਂ ਜਿਹੜੀ ਹੈ ਚਰਾੰਦਾਂ ਦੇ ਵਿੱਚ ਤਾਂ ਜਾਂਦੀ ਨਹੀਂ ਹੈ ਘਰ ਬੈਠੇ ਹੀ ਉਹਨਾਂ ਨੂੰ ਸੀਰੀਅਲਸ ਵਗੈਰਾ ਜਾਂ ਜਿਹੜੀਆਂ ਗਾਵਾਂ ਦੀਆਂ ਖੁਰਾਕਾਂ ਹੈਗੀਆਂ ਆ ਉਹ ਆਰਟੀਫੀਸ਼ੀਅਲ ਜਿਹੜੀਆਂ ਹੈਗੀਆਂ ਆ ਬਣਾ ਕੇ ਉਹ ਦਿੱਤੀਆਂ ਜਾਂਦੀਆਂ ਹੈਗੀਆਂ ਆ ਉਹਨਾਂ ਦੇ ਨਾਲ ਜੋ ਦੁੱਧ ਪੈਦਾ ਹੁੰਦਾ ਹੈ ਉਹਦੀ ਜਿਹੜੀ ਕੁਆਲਿਟੀ ਹੈ ਉਹ ਤੁਸੀਂ ਆਪ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ ਪਹਿਲਾਂ ਨਾਲੋਂ ਡਿਫਰੈਂਟ ਹੈ ਦੂਸਰੀ ਚੀਜ਼ ਇਹ ਹੈ ਕਿ ਜਿਹੜਾ ਰਾ ਦੁੱਧ ਹੈ ਉਹਦੇ ਵਿੱਚ ਸਾਰੇ ਤਰ੍ਹਾਂ ਦੇ ਵਿਟਾਮਿਨਸ ਮਿਨਰਲਸ ਐਨਜ਼ਾਈਮਸ ਤੇ ਸਭ ਕੁਝ ਹੁੰਦਾ ਹੈ ਜਦੋਂ ਅਸੀਂ ਕਈ ਤਰੀਕਿਆਂ ਦੇ ਨਾਲ ਦੁੱਧ ਨੂੰ ਗਰਮ ਕਰਦੇ ਆ ਉਹਨੂੰ ਅਸੀਂ ਆਪਣੇ ਤਰੀਕੇ ਦੇ ਨਾਲ ਬਣਾਉਨੇ ਆ ਤੇ ਕਈ ਤਰ੍ਹਾਂ ਦੇ افੈਕਟਸ ਜਿਹੜੇ ਹੈਗੇ ਆ ਉਹਦੇ ਉੱਤੇ ਦੁੱਧ ਦੇ ਉੱਤੇ ਹੋ ਜਾਂਦੇ ਆ ਉਹ ਐਕਚੁਅਲ ਜਿਹੜਾ ਦੁੱਧ ਹੈ ਉਹ ਉਹ ਦੁੱਧ ਨਹੀਂ ਰਹਿੰਦਾ ਉਹਦੇ ਵਿੱਚ ਪਾਸਚੁਰਾਈਜੇਸ਼ਨ ਹੋ ਜਾਂਦੀ ਹੈਗੀ ਆ ਹੋਮੋਜਨਾਈਜੇਸ਼ਨ ਹੋ ਜਾਂਦੀ ਹੈਗੀ ਆ ਇਸ ਤਰ੍ਹਾਂ ਦੇ ਜਿਹੜੇ ਅਸੀਂ ਪ੍ਰੋਸੈਸ ਦੁੱਧ ਨੂੰ ਕਰਦੇ ਹੈਗੇ ਆ ਉਹ ਬਹੁਤ ਸਾਰੇ ਜਿਹੜੇ ਉਹਦੇ ਤੱਤ ਹੈਗੇ ਆ ਉਹਨ ਉਹਨਾਂ ਨੂੰ ਉਹਦੇ ਵਿੱਚੋਂ ਖਤਮ ਕਰ ਦਿੰਦੇ ਹੈਗੇ ਆ ਇਹ ਵੀ ਸਾਨੂੰ ਖਿਆਲ ਦੇ ਵਿੱਚ ਰੱਖਣਾ ਚਾਹੀਦਾ ਜਦੋਂ ਅਸੀਂ ਦੁੱਧ ਕੋਈ ਲੈਨੇ ਆ ਕਿ ਉਹ ਸਾਡੇ ਲਈ ਫਾਇਦੇਮੰਦ ਆ ਜਾਂ ਨੁਕਸਾਨਦੇ ਹੈਗੇ ਆ ਜਿਸ ਤਰ੍ਹਾਂ ਮੈਂ ਦੱਸਿਆ ਹੈਗਾ ਕਿ ਜਿਹੜੀ ਜਿਹੜਾ ਦੁੱਧ ਗਾਂ ਦਾ ਅਸੀਂ ਲੈਨੇ ਹੈਗੇ ਆ ਤੇ ਦੂਜੀ ਚੀਜ਼ ਇਹ ਵੀ ਹੈਗੀ ਆ ਕਿ ਇੱਕ ਸਪੀਸੀਜ਼ ਦਾ ਦੁੱਧ ਜਿਹੜਾ ਹੈ ਉਹ ਦੂਸਰੀ ਸਪੀਸੀਜ਼ ਲਈ ਕਾਵਲ ਨਹੀਂ ਹੈ ਫਿਰ ਜਿਹੜਾ ਦੁੱਧ ਜਿਹੜਾ ਬਣਿਆ ਹੈ ਉਹ ਕਈ ਸਾਇੰਸਦਾਨ ਕਹਿੰਦੇ ਆ ਕਿ ਉਹ ਬਚਪਨ ਤੱਕ ਤਾਂ ਠੀਕ ਹੈਗਾ ਆ ਜਦੋਂ ਅਸੀਂ ਅਡਲਟਸ ਹੋ ਜਾਂਦੇ ਆ ਤਾਂ ਉਹਦੇ ਲਈ ਇਹ ਕੋਈ ਵੀ ਦੁੱਧ ਜਿਹੜਾ ਹੈ ਉਹ ਸਾਡੇ ਲਈ ਮੁਆਫਕ ਨਹੀਂ ਹੈ ਸੋ ਕਿਉਂ ਹੈ ਕਿਉਂਕਿ ਜਿਹੜਾ ਦੁੱਧ ਹੈ ਇਹਦੇ ਵਿੱਚ ਕਾਫੀ ਪ੍ਰੋਟੀਨ ਜਿਹੜੀ ਹੈਗੀ ਆ ਜਦੋਂ ਅਸੀਂ ਕੋਈ ਵੀ ਇਸ ਤਰ੍ਹਾਂ ਦੀ ਦੁੱਧ ਵਾਲੀ ਪ੍ਰੋਟੀਨ ਖਾਂਦੇ ਆਂ ਤੇ ਉਹ ਜਿਹੜੀ ਪ੍ਰੋਟੀਨ ਹੈ ਸਾਡੇ ਬਾਡੀ ਦੇ ਵਿੱਚ ਐਸਿਡਿਕ ਟਾਈਪ ਮਤਲਬ ਬਾਡੀ ਨੂੰ ਐਸਡਿਕ ਕਰ ਦਿੰਦੀ ਹੈਗੀ ਯਾਰ ਜਦੋਂ ਬਾਡੀ ਐਸਡਿਕ ਹੋ ਜਾਂਦੀ ਆ ਤੇ ਸਾਡੀ ਬਾਡੀ ਜਿਹੜੀ ਹੈ ਉਹਨੂੰ ਨਿਊਟਰਲਾਈਜ਼ ਕਰਨ ਦੇ ਲਈ ਜਾਂ ਨਾਰਮਲਾਈਜ਼ ਕਰਨ ਦੇ ਲਈ ਉਹਨੂੰ ਕੈਲਸ਼ੀਅਮ ਚਾਹੀਦਾ ਹੈ ਉਹ ਕੈਲਸ਼ੀਅਮ ਜਿਹੜਾ ਹੈ ਉਹ ਸਾਡੇ ਕੋਲ ਸਟੋਰ ਕਿਹਦੇ ਵਿੱਚ ਹੈ ਸਾਡੀਆਂ ਹੱਡੀਆਂ ਦੇ ਵਿੱਚ ਤੇ ਸਾਡੀਆਂ ਹੱਡੀਆਂ ਦੇ ਵਿੱਚੋਂ ਉਹ ਸਟੋਰ ਕੈਲਸ਼ੀਅਮ ਜਿਹੜਾ ਹੈ ਉਹ ਸਾਡੇ ਬਲੱਡ ਦੇ ਵਿੱਚ ਆਂਦਾ ਹੈ ਔਰ ਉਹ ਬਲੱਡ ਜਿਹੜਾ ਹੈ ਉਹ ਕੈਲਸ਼ੀਅਮ ਹੈ ਉਹ ਉਸ ਐਸਿਡਿਕ ਜਿਹੜਾ ਪੀ ਐਚ ਬਣ ਜਾਂਦੀ ਹੈ ਉਹਨੂੰ ਨਿਊਟਰਲਾਈਜ਼ ਕਰਕੇ ਸਾਡੇ ਕਿਡਨੀਜ਼ ਦੇ ਥਰੂ ਬਾਹਰ ਕੱਢ ਦਿੰਦਾ ਹੈ ਸੋ ਇਸ ਤਰ੍ਹਾਂ ਜਦੋਂ ਅਸੀਂ ਚਾਹੁੰਦੇ ਆ ਕਿ ਜਿਹੜਾ ਦੁੱਧ ਦਾ ਜ਼ਿਆਦਾ ਕੈਲਸ਼ੀਅਮ ਆ ਉਹ ਸਾਡੀ ਬੋਨਸ ਨੂੰ ਵਧਾਏਗਾ ਕੈਲਸ਼ੀਅਮ ਦੇਗਾ ਇਨਸਟੈਡ ਉਹ ਸਾਡੀ ਬੋਨਸ ਨੂੰ ਓਸਟਿਓਪਰੋਸਿਸ ਦਿੰਦਾ ਹੈਗਾ ਆ ਦੁੱਧ ਦਾ ਸੇਵਨ ਇਹ ਚੀਜ਼ ਬਹੁਤ ਦੇਖੀ ਗਈ ਹੈ ਕਿ ਆ ਜਿਹੜੇ ਸਵੀਡਨ ਡੈਨਮਾਰਕ ਔਰ ਇਹਨਾਂ ਦੇਸ਼ਾਂ ਦੇ ਵਿੱਚ ਦੁੱਧ ਦੀ ਜਿਹੜੀ ਕੰਜ਼ਮਪਸ਼ਨ ਹੈਗੀ ਆ ਉਹ ਬਹੁਤ ਜ਼ਿਆਦਾ ਹੈਗੀ ਆ ਪਰ ਉਨੇ ਹੀ ਜ਼ਿਆਦਾ ਇਹਨਾਂ ਦੇਸ਼ਾਂ ਦੇ ਵਿੱਚ ਓਸਟਿਓਪਰੋਸਿਸ ਦੇ ਕੇਸਿਸ ਹੈਗੇ ਆ ਤੇ ਇਹ ਦੋ ਚੀਜ਼ਾਂ ਤਾਂ ਠੀਕ ਨਹੀਂ ਹੁੰਦੀਆਂ ਜੇ ਦੁੱਧ ਇਹਨਾਂ ਨੂੰ ਠੀਕ ਮਤਲਬ ਕੈਲਸ਼ੀਅਮ ਦਿੰਦਾ ਹੁੰਦਾ ਤਾਂ ਇਹਨਾਂ ਦੇ ਵਿੱਚ ਆਸਟਿਓਪਰੋਸਿਸ ਦੀ ਜਿਹੜੀ ਪ੍ਰੈਵਲੈਂਸ ਹੈ ਉਹ ਘਟਣੀ ਚਾਹੀਦੀ ਸੀ ਪਰ ਐਸਾ ਨਹੀਂ ਹੈ ਫਿਰ ਦੁੱਧ ਦੇ ਨਾਲ ਕਈ ਤਰ੍ਹਾਂ ਦੀਆਂ ਸਕਿਨ ਦੀਆਂ ਪ੍ਰੋਬਲਮਾਂ ਜਿਸ ਦਾ ਐਕਨੀ ਹੈ ਜਿਹੜੀ ਮੂੰਹ ਦੇ ਉੱਤੇ ਤੁਹਾਡੇ ਫਿੰਸੀਆਂ ਹੋ ਜਾਂਦੀਆਂ ਆ ਐਕਨੀ ਹੋ ਜਾਂਦੀ ਹੈਗੀ ਆ ਉਹ ਦੁੱਧ ਦੇ ਕਰਕੇ ਬਹੁਤ ਸਾਇੰਸਦਾਨਾਂ ਨੇ ਨੋਟ ਕੀਤਾ ਹੈ ਕਿ ਦੁੱਧ ਇੱਕ ਐਸਾ ਹੈ ਜਿਹਦੇ ਕਰਕੇ ਇਹ 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 ਚੀਜ਼ ਹੁੰਦੀ ਹੈਗੀ ਆ ਤੇ ਦੂਜੀ ਚੀਜ਼ ਇਹ ਹੈਗੀ ਆ ਕਿ ਅੱਜ ਕੱਲ ਦਾ ਜਿਹੜਾ ਦੁੱਧ ਹੈਗਾ ਆ ਉਹਦੇ ਵਿੱਚ ਬਹੁਤ ਸਾਰੇ ਐਂਟੀਬਾਇਓਟਿਕਸ ਹੋ ਜਾਂਦੇ ਆ ਉਹਦੇ ਵਿੱਚ ਬੋਲਵਨ ਗ੍ਰੋਥ ਹਾਰਮੋਨ ਜਿਹੜਾ ਹੈ ਉਹ ਹੁੰਦਾ ਹੈਗਾ ਆ ਫਿਰ ਉਹਦੇ ਵਿੱਚ ਕਈ ਤਰ੍ਹਾਂ ਦੇ ਹਾਰਮੋਨਸ ਹੋਰ ਹੁੰਦੇ ਹੈਗੇ ਆ ਔਰ ਉਹ ਕਿਸ ਤਰ੍ਹਾਂ ਹੈ ਕਿ ਜਿਹੜੀਆਂ گاਵਾਂ ਤੋਂ ਜੇ ਫਾਰਮਰਸ ਦੁੱਧ ਲੈਂਦੇ ਹੈਗੇ ਆ ਉਹਨਾਂ ਨੂੰ ਟੀਕੇ ਲੱਗਦੇ ਹੈਗੇ ਆ ਔਰ ਉਹ ਟੀਕੇ ਜਿਹੜੇ ਹੈਗੇ ਆ ਉਹ ਆਕਸੀਟੋਸਨ ਦੇ ਹੈਗੇ ਆ ਔਰ ਉਹ ਜਿੰਨੇ ਵੀ ਟੀਕਿਆਂ ਦੀ ਦਵਾਈ ਹੈ ਚਾਹੇ ਉਹ ਐਂਟੀਬਾਇਓਟਿਕਸ ਹੈ ਚਾਹੇ ਉਹ ਹਾਰਮੋਨਸ ਹੈ ਉਹ ਸਾਰੇ ਦੇ ਸਾਰੇ ਦੁੱਧ ਦੇ ਵਿੱਚ ਸਾਨੂੰ ਲੈਣ ਨੂੰ ਮਿਲਦੇ ਹੈਗੇ ਆ ਔਰ ਜਦੋਂ ਐਂਟੀਬਾਇਓਟਿਕਸ ਕਿਉਂਕਿ ਜਿਹੜੇ ਫਾਰਮਰਸ ਹੈਗੇ ਆ ਉਹ ਆਪਣੇ ਪਸ਼ੂਆਂ ਨੂੰ ਕਿਉਂਕਿ ਇੱਕ ਅੱਧਾ ਪਸ਼ੂ ਤਾਂ ਹੁੰਦਾ ਨਹੀਂ ਉਹਨਾਂ ਕੋਲ ਹਜ਼ਾਰਾਂ ਪਸ਼ੂ ਹੁੰਦੇ ਹੈਗੇ ਆ ਔਰ ਉਹਨਾਂ ਪਸ਼ੂਆਂ ਨੂੰ ਜਦੋਂ ਉਹ ਐਂਟੀਬਾਇਓਟਿਕਸ ਰੈਗੂਲਰਲੀ ਦੇਈ ਜਾਂਦੇ ਹੈਗੇ ਆ ਇੱਕ ਚੀਜ਼ ਹੋਰ ਦੇਖੀ ਆ ਕਿ ਐਂਟੀਬਾਇਓਟਿਕਸ ਦੇਣ ਦੇ ਨਾਲ ਉਹਨਾਂ ਦੇ ਜਿਹੜੇ ਪਸ਼ੂ ਹੈਗੇ ਆ ਉਹ ਜ਼ਿਆਦਾ ਡਿਵੈਲਪ ਹੁੰਦੇ ਹੈਗੇ ਆ ਔਰ ਉਹ ਫੇ ਨੈਚੁਰਲੀ ਹਰ ਪਸ਼ੂ ਨੂੰ ਐਕਸੈਸ ਤੌਰ ਦੇ ਉੱਤੇ ਐਂਟੀਬਾਇਓਟਿਕਸ ਜਿਹੜੇ ਆ ਉਹ ਦਿੰਦੇ ਹੈਗੇ ਆ ਔਰ ਉਹ ਹੀ ਜਿਹੜਾ ਐਂਟੀਬਾਇਓਟਿਕ ਹੈ ਉਹ ਦੁੱਧ ਦੇ ਵਿੱਚ ਸੈਕ੍ਰੀਟ ਹੋ ਕੇ ਸਾਡੇ ਕੋਲ ਆ ਜਾਂਦਾ ਹੈ ਜਦੋਂ ਅਸੀਂ ਉਹ ਦੁੱਧ ਪੀਨੇ ਆ ਤਾਂ ਉਹੋ ਹੀ ਐਂਟੀਬਾਇਓਟਿਕ ਜਿਹੜਾ ਹੈ ਉਹ ਸਾਡਾ ਜਿਹੜਾ ਮਾਈਕਰੋਬਾਇਓਮ ਹੈ ਸਾਡੀ ਜਿਹੜੀ ਬੋਡੀ ਦੇ ਵਿੱਚ ਗੁੱਡ ਬੈਕਟੀਰੀਆ ਹੈ ਉਹਨਾਂ ਨੂੰ ਇਫੈਕਟ ਕਰਦਾ ਹੈ ਉਹਨਾਂ ਦਾ ਨਸ਼ਟ ਕਰਦਾ ਹੈ ਉਹਨਾਂ ਨੂੰ ਕਟਾਉਂਦਾ ਹੈ ਸੋ ਉਸ ਤਰ੍ਹਾਂ ਵੀ ਸਾਨੂੰ ਦੁੱਧ ਤੋਂ ਇਸ ਤਰ੍ਹਾਂ ਹੁੰਦਾ ਹੈ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਕਿਹੜੇ ਇਹ ਇੱਕ ਚੀਜ਼ ਸਮਝਣ ਵਾਲੀ ਗੱਲ ਹੈ ਕਿ ਜਿਹੜਾ ਦੁੱਧ ਲੈਨੇ ਹੈਗੇ ਆ ਉਹਦੇ ਵਿੱਚ ਐਂਟੀਬਾਇਓਟਿਕ ਦੀ ਮਾਤਰਾ ਕਿੰਨੀ ਹੈਗੀ ਆ ਕੀ ਤੁਸੀਂ ਉਹ ਦੁੱਧ ਜਿਹੜਾ ਹੈ ਉਹ ਫਾਰਮਰਜ਼ ਜਿਹੜੇ ਜਿਨ੍ਹਾਂ ਕੋਲ ਹਜ਼ਾਰਾਂ گاਵਾ ਹਨ ਉਹਨਾਂ ਤੋਂ ਲਿਆ ਹੈ ਜਾਂ ਜਿਹਦੇ ਕੋਲ ਵਿਚਾਰੇ ਕੋਲ ਇੱਕ ਗਾਂ ਹੈ ਉਹਦੇ ਕੋਲੋਂ ਲਿਆ ਹੈ ਇਹ ਤੁਹਾਡੇ ਆਪਣੇ ਪਰਸਨਲ ਇੰਡੀਵਿਜੂਅਲਾਈਜੇਸ਼ਨ ਦੀ ਜ਼ਰੂਰਤ ਹੈ ਇੱਕ ਬਲੈਂਕਟ ਤੌਰ ਤੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ 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 ਚੀਜ਼ ਦੇਖਣ ਨੂੰ ਮਿਲਦੀ ਹੈ ਪਰ ਤੁਸੀਂ ਦੇਖਣਾ ਹੈ ਕਿ ਇਹ ਚੀਜ਼ ਮੇਰੇ ਇਹ ਜਿਹੜਾ ਦੁੱਧ ਮੈਂ ਪੀਣਾ ਆ ਉਹਦੇ ਤੇ ਲਾਗੂ ਹੁੰਦੀ ਆ ਜਾਂ ਨਹੀਂ ਹੁੰਦੀ ਫਿਰ ਕਈ ਫਾਰਮਰਸ ਜਿਹੜੇ ਹੈ ਉਹ ਟੀਕੇ ਲਗਾਉਂਦੇ ਹੈਗੇ ਆ ਹੁਣ ਇਹ ਬਲੈਂਕਟ ਇੱਕ ਸਟੇਟਮੈਂਟ ਹੈ ਕਿ ਉਹ ਟੀਕੇ ਲਗਾਉਂਦੇ ਹੈ ਔਰ ਦੁੱਧ ਨਹੀਂ ਪੀਣਾ ਚਾਹੀਦਾ ਪਰ ਤੁਸੀਂ ਇਹ ਆਪਣਾ ਦੇਖਣਾ ਹੈ ਕਿ ਜਿਹੜਾ ਦੁੱਧ ਤੁਸੀਂ ਪੀਨੇ ਆ ਉਹਨੂੰ ਟੀਕੇ ਲੱਗਦੇ ਆ ਜਾਂ ਨਹੀਂ ਲੱਗਦੇ ਸੋ ਇੱਕ ਤਰ੍ਹਾਂ ਦੀ ਬਲੈਂਕਟ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਸਾਨੂੰ ਇੰਡੀਵਿਜੂਅਲਾਈਜੇਸ਼ਨ ਕਰਨੀ ਚਾਹੀਦੀ ਆ ਕਿ ਇਹ ਜਿਹੜਾ ਦੁੱਧ ਮੈਂ ਪੀ ਰਿਆ ਆ ਉਹ ਕਿਸ ਤਰ੍ਹਾਂ ਦਾ ਹੈ ਇਹ ਇਹ ਸਿਰਫ ਤੁਹਾਨੂੰ ਇੱਕ ਮਤਲਬ ਇਨਫੋਰਮੇਸ਼ਨ ਦੇਣ ਦੀ ਗੱਲ ਹੈ ਕਿ ਇਹਨਾਂ ਚੀਜ਼ਾਂ ਦੇ ਉੱਤੇ ਤੁਹਾਨੂੰ ਖਿਆਲ ਕਰਨਾ ਚਾਹੀਦਾ ਜਿਹੜੀਆਂ ਕਿ ਚੀਜ਼ਾਂ ਇਹਦੇ ਦੁੱਧ ਬਾਰੇ ਹੋ ਸਕਦੀਆਂ ਹੈਗੀਆਂ ਆ ਕਿ ਜਿਹੜੀ ਮੈਂ ਪਾਸਚੁਰਾਈਜੇਸ਼ਨ ਜਾਂ ਹਿਮੋਜਨਾਈਜੇਸ਼ਨ ਜਿਹੜਾ ਦੁੱਧ ਅਸੀਂ ਡੱਬਾ ਬੰਦ ਲੈਨੇ ਹੈਗੇਆਂ ਜਾਂ ਬਾਜ਼ਾਰਾਂ ਦੇ ਵਿੱਚੋਂ ਲੈਨੇ ਹੈਗੇਆਂ ਉਹਨੂੰ ਪਾਸਚੁਰਾਈਜ਼ ਕਰਕੇ ਪਾਸਚੁਰਾਈਜ਼ ਦਾ ਮਤਲਬ ਹੈ ਕਿ ਇੱਕ ਸਰਟਨ ਡਿਗਰੀ ਤੱਕ ਬਹੁਤ ਮਨ ਲੋ ਗਰਮ ਕਰਕੇ ਫਿਰ ਉਹਨੂੰ ਠੰਡਾ ਕੀਤਾ ਜਾਂਦਾ ਹੈ ਇੱਕਦਮ ਤੇ ਉਹਨੂੰ ਪਾਸਚੁਰਾਈਜੇਸ਼ਨ ਕਹਿੰਦੇ ਆ ਤਾਂ ਕਿ ਉਹ ਉਹਦੀ ਜਿਹੜੀ ਲਾਈਫ ਹੈਗੀ ਆ ਉਹ ਕਾਫੀ ਦਿਨ ਵੱਜ ਜਾਏ ਪੈਕਟਾਂ ਦੇ ਵਿੱਚ ਵੀ ਇਹ ਹੋਮੋਜਨਾਈਜੇਸ਼ਨ ਦੇ ਕਰਕੇ ਜਿਹੜੀ ਉਹ ਉਹਨੂੰ ਜਿਹੜੀ ਉਹਦੀ ਫੈਟ ਹੈਗੀ ਆ ਉਹ ਮਤਲਬ ਬਿਲਕੁਲ ਘੁਲ ਜਾਂਦੀ ਹੈਗੀ ਆ ਇਹਨਾਂ ਦੇ ਇਹਨਾਂ ਚੀਜ਼ਾਂ ਇਹ ਜਿਹੜੀਆਂ ਪ੍ਰੋਸੈਸਸਿਸ ਹੈਗੇ ਆ ਇਹਨਾਂ ਦੇ ਨਾਲ ਜਿੰਨੇ ਵੀ ਵਿਟਾਮਿਨਸ ਔਰ ਮਿਨਰਲਸ ਹੁੰਦੇ ਹੈਗੇ ਆ ਖਾਸ ਕਰਕੇ ਨਿਊਟ੍ਰੀਐਂਟਸ ਹੁੰਦੇ ਆ ਮਿਨਰਲਸ ਦੀ ਬਜਾਏ ਉਹ ਸਾਰੇ ਮਤਲਬ ਘਟ ਜਾਂਦੇ ਹੈਗੇ ਆ ਉਹ ਓਨੇ ਨਹੀਂ ਰਹਿੰਦੇ ਕਿਉਂਕਿ ਵਿਟਾਮਿਨਸ ਸਾਰੇ ਖਤਮ ਹੋ ਜਾਂਦੇ ਆ ਜਾਂ ਘਟ ਜਾਂਦੇ ਆ ਬਹੁਤ ਜ਼ਿਆਦਾ ਏ ਵੀ ਪ੍ਰੋਸੈਸਸ ਜਿਹੜੇ ਹੈਗੇ ਆ ਇਹ ਵੀ ਦੇਖਣੇ ਪੈਂਦੇ ਆ ਕਿ ਜਿਹੜਾ ਦੁੱਧ ਅਸੀਂ ਪੀਨੇ ਆ ਉਹਦੇ ਵਿੱਚ ਸਾਨੂੰ ਕਿੰਨੇ ਕੁ ਨਿਊਟ੍ਰੀਐਂਟਸ ਮਿਲਦੇ ਹੈਗੇ ਆ ਫਿਰ ਜਿਹੜੇ ਇਹ ਐਸਟ੍ਰੋਜਨ ਜਿਹੜਾ ਹੈ ਇਹਦੀ ਕਿਉਂਕਿ ਜਿਹੜੀਆਂ گاਵਾਾਂ ਹੈਗੀਆਂ ਆ ਜਿਹੜੇ ਫਾਰਮਰਸ ਕਮਰਸ਼ੀਅਲਾਈਜ਼ੇਸ਼ਨ ਦੇ ਵਿੱਚ ਹੈਗੇ ਆ ਉਹਨਾਂ ਦੀਆਂ گاਵਾਾਂ ਹਮੇਸ਼ਾ ਹੀ ਮਤਲਬ ਪ੍ਰੈਗਨੈਂਟ ਰਹਿੰਦੀਆਂ ਹੈਗੀਆਂ ਆ ਔਰ ਉਹ ਕਿਉਂਕਿ ਉਹਨਾਂ ਨੂੰ ਦੁੱਧ ਚਾਹੀਦਾ ਹੁੰਦਾ ਹੈਗਾ ਔਰ ਉਹਨਾਂ ਦੇ ਵਿੱਚ ਜਿਹੜੀ ਹਾਰਮੋਨਸ ਦੀ ਮਾਤਰਾ ਵੀ ਉਹਨਾਂ ਦੀ ਬੋਡੀ ਦੇ ਵਿੱਚ ਜ਼ਿਆਦਾ ਹੁੰਦੀ ਆ 에ਸਟੋਜਨ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈਗੀ ਆ ਔਰ ਜਿਹੜਾ 에ਸਟੋਜਨ ਹਾ ਉਹ ਦੁੱਧ ਦੇ ਵਿੱਚ ਸੈਕ੍ਰੀਟ ਹੋ ਜਾਂਦਾ ਹੈਗਾ ਆ ਔਰ ਉਹੀ 에ਸਟੋਜਨ ਜਿਹੜਾ ਹੈਗਾ ਆ ਉਹ ਸਾਡੇ ਦੁੱਧ ਦੇ ਕਾਰਨ ਸਾਡੇ ਜੇ ਅਸੀਂ ਅਡਲਟਸ ਪੀਨੇ ਹੈਗੇ ਆ ਤਾਂ ਉਹ ਉਹਨਾਂ ਨੂੰ ਕਾਫੀ ਨੁਕਸਾਨ ਕਰਦਾ ਹੈ ਕਿਉਂ ਜਿਹੜੇ ਅਡਲਟ ਮੇਲ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੀਆਂ ਬ੍ਰੈਸਟਸ ਹੈਗੀਆਂ ਆ ਉਹ ਮਤਲਬ ਵਧਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਆ ਫੈਮੀਨਾਈਜ਼ਿੰਗ ਦੇ ਜਿਹੜੇ ਸਾਈਨਸ ਹੈਗੇ ਆ ਉਹ ਦਿਖਣੇ ਸ਼ੁਰੂ ਹੋ ਜਾਂਦੇ ਆ ਲੜਕੀਆਂ ਜਿਹੜੀਆਂ ਹੈ ਉਹਨਾਂ ਦੀ ਜਿਹੜੀ ਪਿਊਬਰਟੀ ਹੈ ਉਹ ਪ੍ਰੀਕੋਸ਼ੀਅਸ ਹੋ ਜਾਂਦੀ ਹੈ 8-9 ਸਾਲ ਦੀਆਂ ਲੜਕੀਆਂ ਦੇ ਜਿਹੜੀ ਪਿਊਬਰਟੀ ਹੈ ਸ਼ੁਰੂ ਹੋ ਜਾਂਦੀ ਹੈ ਇਸ ਤਰ੍ਹਾਂ ਜਿਹੜੇ ਐਸਟ੍ਰੋਜਨ ਦੇ ਸਾਈਡ ਇਫੈਕਟਸ ਹੈਗੇ ਆ ਉਹ ਵੀ ਇਹ ਜਿਹੜੇ ਇਸ ਤਰ੍ਹਾਂ ਦੇ ਐਸਟ੍ਰੋਜਨ ਸਾਨੂੰ ਦੁੱਧ ਦੇ ਵਿੱਚੋਂ ਮਿਲਦੇ ਹੈਗੇ ਆ ਉਹਦੇ ਨਾਲ ਅਸੀਂ ਦੇਖ ਸਕਦੇ ਹੈਗੇ ਆ ਔਰ ਇਸੇ ਕਰਕੇ ਬ੍ਰੈਸਟ ਕੈਂਸਰ ਔਰ ਪ੍ਰੋਸਟੇਟ ਕੈਂਸਰ ਖਾਸ ਕਰਕੇ ਆਦਮੀਆਂ ਦੇ ਵਿੱਚ ਇਹ ਇਹ ਜਿਹੜਾ ਹੈ ਇਹ ਦੁੱਧ ਦੇ ਨਾਲ ਜ਼ਿਆਦਾ ਸੰਭਾਵਨਾ ਹੁੰਦੀ ਹੈ ਇਹ ਇਸ ਐਨਰਜੀ ਜਿਹਾ ਕਰਕੇ ਸੋ ਇਹ ਦੇ ਲਈ ਵੀ ਸਾਨੂੰ ਖਾਸ ਖਿਆਲ ਰੱਖਣਾ ਚਾਹੀਦਾ ਹੈ ਫਿਰ ਦੁੱਧ ਦੇ ਵਿੱਚ ਇਹ ਹੈ ਕਿ ਕੋਲੇਸਟਰੋਲ ਜਿਹੜੀ ਹੈਗੀ ਆ ਨੇਚੁਰਲੀ ਹੁੰਦੀ ਹੈਗੀ ਆ ਔਰ ਕੋਲੇਸਟਰੋਲ ਦੇ ਨਾਲ ਜਿੰਨੀਆਂ ਵੀ ਪ੍ਰੋਬਲਮਸ ਸੋ ਕਾਲਡ ਪ੍ਰੋਬਲਮਸ ਮੈਂ ਕਹਿਣਾ ਹੁੰਦਾ ਆ ਹੁੰਦੀਆਂ ਆ ਉਹ ਵੀ ਇਹ ਇਹਦੇ ਵਿੱਚ ਹੁੰਦੀ ਆ ਫਿਰ ਕਈ ਤਰ੍ਹਾਂ ਦੇ ਜਿਹੜੇ ਮਤਲਬ ਕੈਮੀਕल्स ਹੈਗੇ ਆ ਜਿੱਦਾਂ ਡਾਇਓਕਸਿਨ ਹੈ ਮੈਲਾਮਾਈਨ ਹੈ ਜਾਂ ਐਫਲਾਟੌਕਸਿਨਸ ਹੈ ਇਹ ਜਿਹੜੇ ਕੈਮੀਕਲਸ ਹੈਗੇ ਆ ਇਹ ਵੀ ਕਾਫੀ ਦੁੱਧ ਦੇ ਵਿੱਚੋਂ ਮਿਲਦੇ ਹੈਗੇ ਆ ਜਿਹੜੇ ਕਿ ਸਾਡੀ ਸਿਹਤ ਲਈ ਬਿਲਕੁਲ ਹਾਨੀਕਾਰਕ ਹੈਗੇ ਆ ਤੇ ਦੂਸਰੀ ਚੀਜ਼ ਇਹ ਹੈ ਕਿ ਜਦੋਂ ਦੁੱਧ ਨੂੰ ਆਰਟੀਫੀਸ਼ੀਅਲ ਤਰੀਕੇ ਦੇ ਨਾਲ ਚੋਇਆ ਜਾਂਦਾ ਹੈਗਾ ਆ ਮਸ਼ੀਨਾਂ ਦੇ ਨਾਲ ਤਾਂ ਉਹਨਾਂ ਦੇ ਜਿਹੜੇ ਥਣ ਹੁੰਦੇ ਆ ਉਹਨਾਂ ਦੇ ਵਿੱਚ ਇਨਫਲੇਮੇਸ਼ਨ ਹੋ ਜਾਂਦੀ ਹੈਗੀ ਆ ਵੈਸੇ ਵੀ ਜਿਹੜੇ ਨਾਰਮਲੀ ਵੀ ਕਈ ਥਣਾਂ ਦੇ ਵਿੱਚ ਇਨਫਲੇਮੇਸ਼ਨ ਹੋ ਜਾਂਦੀ ਆ ਔਰ ਉਸ ਇਨਫਲੇਮੇਸ਼ਨ ਦੇ ਨਾਲ ਜਿਹੜੀ ਥਣ ਸੁੱਜ ਜਾਂਦੇ ਆ ਔਰ ਜਦੋਂ ਤੁਸੀਂ ਦੁੱਧ ਚੋਣਦੇ ਆ ਤੇ ਉਹਦੇ ਵਿੱਚੋਂ ਪਾਸਾਂ ਦੀ ਹੈ ਇਸ ਕਰਕੇ ਦੁੱਧ ਦੇ ਵਿੱਚ ਪਾਸ ਜਿਹੜੀ ਮਿਕਸ ਹੋ ਕੇ ਸਾਨੂੰ ਮਿਲਦੀ ਹੈਗੀ ਆ ਇਹ ਜਿਹੜੀ ਮਸਟਾਈਟਿਸ ਜਿਹਨੂੰ ਅਸੀਂ ਕਹਿੰਨੇ ਹੈਗੇ ਆ ਕਾਊਸ ਦੇ ਚੱਡੀਆਂ ਦੇ ਵਿੱਚ ਉਹ ਮਤਲਬ ਸਾਡੇ ਦੁੱਧ ਦੇ ਵਿੱਚ ਸਾਨੂੰ ਮਿਲਦੀ ਹੈ ਜਿਹੜੀ ਪਾਸ ਹੁੰਦੀ ਆ ਉਹ ਡੈਡ ਵਾਈਟ ਬਲੱਡ ਸੈਲਸ ਹੁੰਦੇ ਆ ਜਿਹੜੇ ਕਿ ਸਾਨੂੰ ਪੀਣ ਨੂੰ ਮਿਲਦੇ ਹੈਗੇ ਆ ਇਸੇ ਲਈ ਜੇ ਅਸੀਂ ਇਹ ਕਹਿੰਨੇ ਆ ਕਿ ਦੁੱਧ ਕਦੀ ਵੀ ਵੈਜੀਟੇਰੀਅਨ ਨਹੀਂ ਹੈ ਇਹਦੇ ਵਿੱਚ ਮਤਲਬ ਸੈਲਸ ਵਗੈਰਾ ਹਮੇਸ਼ਾ ਪ੍ਰੈਜ਼ੈਂਟ ਹੁੰਦੇ ਹੈਗੇ ਆ ਫਿਰ ਇਹ ਆ ਕਿ ਇਹ ਦੁੱਧ ਜਿਹੜਾ ਹੈਗਾ ਆ ਇਹ ਨੈਚੁਰਲ ਜਿਹੜਾ ਹੈ ਇنسੂਲੀਨੋਜਨਿਕ ਹੈਗਾ ਆ ਇਨਸੂਲੀਨ ਨੂੰ ਪ੍ਰੋਡਿਊਸ ਕਰਨ ਦੇ ਵਿੱਚ ਇਹ ਮਦਦ ਕਰਦਾ ਹੈਗਾ ਆ ਤੇ ਇਹਦੇ ਵਿੱਚ ਇਨਸੂਲੀਨੋਟੋਪਿਕ ਗ੍ਰੋਥ ਫੈਕਟਰ ਜਿਹੜਾ ਹੈਗਾ ਆ 1 ਉਹ ਹੁੰਦਾ ਆ ਔਰ ਉਹਦੇ ਨਾਲ ਕੁਝ ਹੱਦ ਤੱਕ ਇਹ 슈ਗਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੈਗਾ ਆ ਔਰ ਇਹਦੇ ਨਾਲ ਕਈ ਵਾਰੀ ਮਤਲਬ ਅਸੀਂ ਡਾਇਬੀਟਿਸ ਨੂੰ ਵੀ ਕੰਟਰੋਲ ਕਰਨ ਦੇ ਵਿੱਚ ਹੈਲਪ ਲੈ ਸਕਦੇ ਹੈਗੇ ਆ ਇਸ ਮਾਡਲ ਉਤੇ ਫਿਰ ਬਹੁਤ ਸਾਰੇ ਲੋਕਾਂ ਨੂੰ ਲੈਕਟੋਸ ਦੀ ਪ੍ਰੋਬਲਮ ਹੈਗੀ ਆ ਲੈਕਟੋਸ ਦਾ ਮਤਲਬ ਇਹ ਆ ਕਿ ਇਹਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਕਾਰਬੋਹਾਈਡਰੇਟ ਹੁੰਦਾ ਜਿਹਨੂੰ ਅਸੀਂ ਲੈਕਟੋਸ ਕਹਿੰਦੇ ਹੈਗੇ ਆ ਔਰ ਬਹੁਤੇ ਲੋਕਾਂ ਨੂੰ ਲੈਕਟੋਸ ਨੂੰ ਡਾਈਜੈਸਟ ਕਰਨ ਦੇ ਲਈ ਲੈਕਟੇਜ ਟਾਈਪ ਦਾ ਐਨਜ਼ਾਈਮ ਜਿਹੜਾ ਹੈ ਉਹ ਨਹੀਂ ਹੁੰਦਾ ਜੈਨੇਟਿਕਲੀ ਸੋ ਇਸ ਕਰਕੇ ਜਿਹੜਾ ਉਹਨਾਂ ਨੂੰ ਜਦੋਂ ਉਹ ਦੁੱਧ ਪੀਂਦੇ ਹੈਗੇ ਆ ਉਹਨਾਂ ਨੂੰ ਕਾਫੀ ਪੇਟ ਦੇ ਵਿੱਚ ਭਾਰੀਪਨ ਹੋ ਜਾਂਦਾ ਬਲੋਟਿੰਗ ਹੋ ਜਾਂਦੀ ਆ ਗੈਸ ਹੋ ਜਾਂਦੀ ਹੈਗੀ ਆ ਜਾਂ ਡਾਇਰੀਆ ਹੋ ਜਾਂਦਾ ਆ ਪੇਨ ਹੋ ਜਾਂਦਾ ਹੈਗਾ ਆ ਔਰ ਇਸ ਤਰ੍ਹਾਂ ਦੇ ਫੇਰ ਕਈ ਵਾਰੀ ਕਨਸਟਿਪੇਸ਼ਨ ਵੀ ਹੋ ਜਾਂਦੀ ਹੈਗੀ ਆ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਤਕਲੀਫਾਂ ਹੈਗੀਆਂ ਬਹੁਤੇ ਲੋਕਾਂ ਨੂੰ ਦੁੱਧ ਪੀਣ ਦੇ ਨਾਲ ਹੋ ਜਾਂਦੀਆਂ ਹੈਗੀਆਂ ਸੋ ਇਸ ਕਰਕੇ ਉਹ ਉਹ ਲੋਕ ਬਿਲਕੁਲ ਦੁੱਧ ਨਹੀਂ ਪੀਂਦੇ ਔਰ ਅਸੀਂ ਵੀ ਜਿਹੜੀਆਂ ਕ੍ਰੋਨਿਕ ਡਿਜ਼ੀਜ਼ਸ ਹੈਗੀਆਂ ਆ ਜਿਹੜੇ ਆਟੋਇਮਿਨ ਡਿਜ਼ੀਜ਼ਸ ਹੈਗੀਆਂ ਆ ਉਹਨਾਂ ਦੇ ਵਿੱਚ ਅਸੀਂ ਮਤਲਬ ਐਡਵਾਈਸ ਕਰਦੇ ਹੈਗੇ ਆ ਕਿ ਦੁੱਧ ਜਿਹੜਾ ਹੈਗਾ ਆ ਇਹ ਨਹੀਂ ਲੈਣਾ ਚਾਹੀਦਾ ਕਿਉਂ ਕਿ ਕਿਉਂਕਿ ਬਹੁਤਿਆਂ ਨੂੰ ਇਹ ਜਿਹੜੀ ਅਲਰਜੀ ਹੁੰਦੀ ਹੈਗੀ ਆ ਉਹ ਅਲਰਜੀ ਜਿਹੜੀ ਆ ਉਹ ਉਹਨਾਂ ਦੀਆਂ ਜਿਹੜੀਆਂ ਬਿਮਾਰੀਆਂ ਹੈਗੀਆਂ ਆ ਉਹਨਾਂ ਦੇ ਲਈ ਹੀ ਕਾਜ਼ੇਟਿਵ ਹੁੰਦੀਆਂ ਹੈ ਉਹਨਾਂ ਦਾ ਕਾਰਨ ਬਣਦੀਆਂ ਹੈਗੀਆਂ ਆ ਫੇਰ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਇੱਕ ਹੋਰ ਪ੍ਰੋਟੀਨ ਹੁੰਦੀ ਆ ਜ ਜਿਹਨੂੰ ਅਸੀਂ ਵੇ ਪ੍ਰੋਟੀਨ ਕਹਿੰਨੇ ਹੈਗੇ ਆ ਉਹ ਉਹ ਕੇਸੀਨ ਹੈ ਕੇਸੀਨ ਜਿਹੜੀ ਹੈਗੀ ਆ ਇੱਕ ਐਡਿਕਟਿਵ ਪ੍ਰੋਟੀਨ ਹੈਗੀ ਆ ਕਿਉਂਕਿ ਕੇਸੀਨੋਮੋਰਫਿਕ ਜਿਹੜੇ ਰਿਸਪੋਂਸਸ ਹੈਗੇ ਆ ਜਾਂ ਜਿਹੜੇ ਰਿਸੈਪਟਰਸ ਹੈਗੇ ਆ ਉਹ ਸਾਡੀ ਬਾਡੀ ਦੇ ਵਿੱਚ ਹੈਗੇ ਆ ਉਹ ਜਿਸ ਤਰ੍ਹਾਂ ਗਲੂਟੇਨੋਮੋਰਫਿਕ ਹੈਗੇ ਆ ਜਿਹੜਾ ਜਿੱਦਾਂ ਕਿ ਅਸੀਂ ਕਣਕ ਨੂੰ ਕਣਕ ਦੀ ਰੋਟੀ ਨੂੰ ਜਾਂ ਕਣਕ ਨੂੰ ਅਸੀਂ ਐਡਿਕਟਡ ਹੈਗੇ ਆ ਇਸੇ ਤਰ੍ਹਾਂ ਕਈ ਵਾਰੀ ਅਸੀਂ ਮਿਲਕ ਨੂੰ ਵੀ ਐਡਿਕਟਡ ਹੋ ਜਾਂਦੇ ਆ ਇਸ ਕੈਸੀਨ ਦੇ ਕਰਕੇ ਔਰ ਇਹ ਜਿਹੜੀ ਪ੍ਰੋਟੀਨ ਹੈਗੀ ਆ ਇਹ ਇਹੀ ਮੈਂ ਦੱਸਣਾ ਚਾਹੁੰਦਾ ਸੀ ਕਿ ਜਿਹੜੀਆਂ ਦੇਸੀ ਗਾਵਾਂ ਆ ਔਰ ਜਿਹੜੀਆਂ ਬਲੈਤੀ ਗਾਵਾਂ ਆ ਦੋਨਾਂ ਦੇ ਵਿੱਚ ਫਰਕ ਹੈਗਾ ਆ ਜਿਹੜੀਆਂ ਸਾਡੀਆਂ ਦੇਸੀ ਗਾਵਾਂ ਸੀ ਉਹਨਾਂ ਦੇ ਵਿੱਚ ਕੇਸੀਨ ਜਿਹੜੀ ਸੀ ਉਹ ਸਾਨੂੰ ਕੋਈ ਨੁਕਸਾਨ ਨਹੀਂ ਸੀ ਕਰਦੀ ਪਰ ਜਿਹੜੀ ਬਲੈਤੀ ਗਾਵਾਂ ਹੈਗੀਆਂ ਆ ਉਹਨਾਂ ਦੇ ਵਿੱਚ ਇਹ ਕੇਸੀਨ ਜਿਹੜੀ ਹੈਗੀ ਆ ਪ੍ਰੋਟੀਨ ਇਹ ਸਾਨੂੰ ਨੁਕਸਾਨ ਕਰਦੀ ਆ ਔਰ ਬਹੁਤ ਅਲਰਜਨਿਕ ਹੈਗੀ ਆ ਫਿਰ ਦੁੱਧ ਦੇ ਨਾਲ ਇੱਕ ਹੋਰ ਬੜੀ ਪ੍ਰੋਬਲਮ ਹੁੰਦੀ ਹੈਗੀ ਆ ਕਿ ਜਿਨ੍ਹਾਂ ਨੂੰ ਮਾਫਕ ਨਹੀਂ ਹੈ ਉਹਨਾਂ ਦੇ ਰੇਸ਼ਾ ਬਲਗਮ ਮਿਊਕਸ ਕਹਿੰਦੇ ਹਾਂ ਅਸੀਂ ਉਹ ਬਹੁਤ ਬਣ ਜਾਂਦੀ ਹੈਗੀ ਆ ਔਰ ਜਿੰਨਿਆਂ ਨੂੰ ਵੀ ਕੋਈ ਸਾਹ ਦੀਆਂ ਬਿਮਾਰੀਆਂ ਹੈਗੀਆਂ ਖੰਸੀ ਹੈਗੀ ਆ ਗਲੇ ਦੀਆਂ ਬਿਮਾਰੀਆਂ ਹੈਗੀਆਂ ਨੱਕ ਦੀਆਂ ਬਿਮਾਰੀਆਂ ਹੈਗੀਆਂ ਉਹਨਾਂ ਲਈ ਦੁੱਧ ਜਿਹੜਾ ਹੈ ਉਹ ਠੀਕ ਨਹੀਂ ਹੈ ਕਿਉਂਕਿ ਇਹ ਜਿਹੜੀ ਪ੍ਰੋਬਲਮ ਹੈਗੀ ਆ ਬਲਗਮ ਦੀ ਇਹ ਦੁੱਧ ਕਰਕੇ ਹੈਦਾ ਹੁੰਦੀ ਹੈਗੀ ਆ ਤੇ ਇਹ ਇਹ ਪ੍ਰੋਬਲਮ ਕਈਆਂ ਨੂੰ ਸਾਹ ਲੈਣ ਦੀ ਪ੍ਰੋਬਲਮ ਐਬਜ਼ਰਪਸ਼ਨ ਤੇ ਵੀ ਹੋ ਜਾਂਦੀ ਹੈ ਜਦੋਂ ਉਹ ਥੋੜਾ ਬਹੁਤ ਕੰਮ ਕਰਦੇ ਆ ਤੇ ਉਹਨਾਂ ਨੂੰ ਸਾਹ ਚੜਨ ਦੀ ਜਿਹੜੀ ਪ੍ਰੋਬਲਮ ਹੈਗੀ ਆ ਇਹ ਵੀ ਹੋ ਜਾਂਦੀ ਹੈਗੀ ਆ ਤੇ ਕੀਸੀਨ ਬਾਰੇ ਮੈਂ ਗੱਲ ਕਰ ਰਿਹਾ ਸੀ ਕਿ ਕੇਸੀਨ ਦੇ ਨਾਲ ਜੇ ਸਾਡੇ ਡਾਈਜੈਸਟਿਵ ਸਿਸਟਮ ਦੇ ਉੱਤੇ ਕਾਫੀ ਸਟ੍ਰੇਨ ਪੈਂਦਾ ਹੈਗਾ ਆ ਫਿਰ ਜਦੋਂ ਮਿਊਕਸ ਜਿਹੜੀ ਹੈਗੀ ਆ ਉਹ ਰੈਸਪੀਰੇਟਰੀ ਇਸ਼ੂਸ ਬਣਾ ਦਿੰਦੀ ਹੈਗੀ ਆ ਤੇ ਕਈ ਵਾਰੀ ਇਹ ਇਹ ਜਿਹਦਾ ਗਲੂਟਨ ਤੋਂ ਕਈ ਮਤਲਬ ਸੈਂਸਿਟਿਵ ਹੈਗੇ ਆ ਇਸੇ ਤਰ੍ਹਾਂ ਕੇਸੀਨ ਤੋਂ ਵੀ ਬਹੁਤ ਲੋਕ ਸੈਂਸਿਟਿਵ ਹੈਗੇ ਆ ਔਰ ਬਾਕੀ ਜਿਹੜੇ ਲੋਕ ਚੀਜ਼ ਬਾਜ਼ਾਰੋਂ ਚੀਜ਼ ਜਿਹੜਾ ਲੈਂਦੇ ਹੈਗੇ ਆ ਉਹਦੇ ਵਿੱਚ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈਗੀ ਆ ਉਹ ਵੀ ਖਿਆਲ ਰੱਖਣਾ ਚਾਹੀਦਾ ਹੈਗਾ ਆ ਕਿ ਕਿਉਂਕਿ ਉਹ ਪ੍ਰਜ਼ਰਵੇਟਿਵ ਐਜ਼ ਅ ਪ੍ਰਜ਼ਰਵੇਟਿਵ ਰੱਖਦੇ ਹੈਗੇ ਆ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਔਰ ਉਹਦੇ ਨਾਲ ਜ਼ਿਆਦਾ ਬਿਮਾਰੀਆਂ ਦਾ ਖਤਰਾ ਰਹਿੰਦਾ ਹੈਗਾ ਆ ਇਹ ਕਨਸਟਿਪੇਸ਼ਨ ਵੀ ਹੋ ਜਾਂਦੀ ਹੈਗੀ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਪ੍ਰੋਸਟੇਟ ਕੈਂਸਰ ਹੈਗਾ ਆ ਉਹ ਉਹਦੇ ਉਹਦੇ ਮਤਲਬ ਜਿਹੜੀ ਐਵੀਡੈਂਸ ਹੈਗੀ ਆ ਉਹ ਕਾਫੀ ਜ਼ਿਆਦਾ ਮਜ਼ਬੂਤ ਹੈਗੀ ਆ ਕਿ ਇਹ ਮਿਲਕ ਜਿਹੜਾ ਹੈ ਅਡਲਟਸ ਦੇ ਵਿੱਚ ਪ੍ਰੋਸਟੇਟ ਕੈਂਸਰ ਨੂੰ ਜ਼ਿਆਦਾ ਵਧਾਉਂਦਾ ਹੈ ਬਾਕੀ ਗੱਲ ਇਹ ਹੈਗੀ ਆ ਕਿ ਤੁਹਾਡੀ ਇੰਡੀਵਿਜੂਅਲ ਕੀ ਕਿਸ ਤਰ੍ਹਾਂ ਦੀ ਤੁਹਾਡੀ ਬਾਡੀ ਹੈ ਕਿਸ ਤਰ੍ਹਾਂ ਤੁਸੀਂ ਦੁੱਧ ਨੂੰ ਲੈਂਦੇ ਹੋ ਇਹ ਬਹੁਤ ਜ਼ਰੂਰੀ ਹੈ ਗਾਇਆ ਇਹ ਜੋ ਚੀਜ਼ਾਂ ਵੀ ਮੈਂ ਦੱਸੀਆਂ ਹੈ ਇਹ ਪ੍ਰੋਬੇਬਲ ਹੈ ਹਰ ਇੱਕ ਦੇ ਉੱਤੇ ਇਹ ਲਾਗੂ ਨਹੀਂ ਹੁੰਦੀਆਂ ਤੇ ਤੁਹਾਨੂੰ ਇਹ ਜਾਗਰੂਕ ਕਰਨ ਲਈ ਹੈ ਕਿ ਇਹ ਚੀਜ਼ਾਂ ਹੋ ਸਕਦੀਆਂ ਆ ਜਿਹੜੀਆਂ ਕਿ ਦੁੱਧ ਵਿੱਚੋਂ ਸਾਨੂੰ ਮਿਲਦੀਆਂ ਹੈਗੀਆਂ ਆ ਜਿਹੜੇ ਲੋਕ ਆਪਣਾ ਘਰ ਦਾ ਦੁੱਧ ਜਿਹੜੇ ਆਪਣੇ ਗਾਂ ਰੱਖੀ ਹੈਗੀ ਆ ਉਹਦਾ ਦੁੱਧ ਲੈਂਦੇ ਹੈਗੇ ਆ ਉਹ ਉਹ ਇਹਨਾਂ ਚੀਜ਼ਾਂ ਤੋਂ ਅਣਜਾਣ ਹੈ ਉਹਨਾਂ ਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਦਾ ਹੈ ਉਹ ਦੁੱਧ ਨੂੰ ਠੀਕ ਵੀ ਸਮਝਦੇ ਹੋਣਗੇ ਪਰ ਜਿਹੜਾ ਕਮਰਸ਼ੀਅਲਾਈਜ਼ੇਸ਼ਨ ਹੈਗੀ ਆ ਜਿਹੜਾ ਅਸੀਂ ਬਾਜ਼ਾਰੋਂ ਦੁੱਧ ਲੈਨੇ ਹਾਂ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਹ ਹੁੰਦੀਆਂ ਹਨ ਔਰ ਉਹਦੇ ਵਿੱਚੋਂ ਸਾਨੂੰ ਸਾਵਧਾਨ ਹੋਣਾ ਪੈਣਾ ਹੈ ਕਿ ਅਸੀਂ ਜਦੋਂ ਵੀ ਉਹ ਚੀਜ਼ ਲੈਣੀ ਹੈਗੀ ਆ ਤੇ ਉਹਦੇ ਬਾਰੇ ਸਾਨੂੰ ਕੋਹ ਕਰਨੀ ਚਾਹੀਦੀ ਹੈ ਕਿ ਇਹ ਚੀਜ਼ ਮੈਨੂੰ ਵਾਫਕ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ ਤੇ ਬਾਕੀ ਤਾਂ ਗੱਲ ਇਹ ਹੈ ਕਿ ਜਦੋਂ ਅਸੀਂ ਆਪਣੇ ਆਪ ਨੂੰ ਮਤਲਬ ਜਾਗਰੂਕ ਹੁੰਨੇ ਆ ਤੇ ਅਸੀਂ ਹਰ ਚੀਜ਼ ਦਾ ਨਿਰਣਾ ਲੈਨੇ ਆ ਕਿ ਇਹ ਚੀਜ਼ ਮੇਰੇ ਲਈ ਵਾਫਕ ਹੈ ਜਾਂ ਨਹੀਂ ਹੈ ਫਿਰ ਉਹੀ ਚੀਜ਼ ਅਸੀਂ ਆਪਣੇ ਮੂੰਹ ਦੇ ਵਿੱਚ ਪਾਣੇ ਹੈਗੇ ਆ ਮੈਂ ਇਹ ਹੋਪ ਕਰਦਾ ਹਾਂ ਕਿ ਇਸ ਇਨਫੋਰਮੇਸ਼ਨ ਦੇ ਨਾਲ ਤੁਹਾਨੂੰ ਕਾਫੀ ਫਾਇਦਾ ਹੋਏਗਾ ਔਰ ਤੁਸੀਂ ਦੁੱਧ ਦੇ ਬਾਰੇ ਦੇ ਵਿੱਚ ਇਸ ਤਰ੍ਹਾਂ ਦੀ ਜਾਣਕਾਰੀ ਬਾਕੀ ਚੀਜ਼ ਮੈਂ ਦੱਸਦਾ ਹਾਂ ਕਿ ਲੋਕ ਜਿੰਨਾ ਵੀ ਤੁਸੀਂ ਲਿਟਰੇਚਰ ਇੰਟਰਨੈਟ ਤੋਂ ਜਾਂ ਵੈਸੇ ਪੜ੍ਹਦੇ ਆ ਉਹ ਜੋ ਵੀ ਕੋਈ ਲਿਟਰੇਚਰ ਦਿੰਦਾ ਹੈ ਜੋ ਵੀ ਕੋਈ ਆਪਣੀ ਸਟੇਟਮੈਂਟ ਦਿੰਦਾ ਹੈ ਬੇਸ਼ੱਕ ਉਹ ਸਾਇੰਟਿਸਟ ਹੈ ਬੇਸ਼ੱਕ ਉਹ ਕੋਈ ਡਾਕਟਰ ਹੈ ਉਹ ਰੀਲੇਟਡ ਹੁੰਦਾ ਹੈ ਤੁਹਾਨੂੰ ਆਪਣੇ ਆਪ ਨਿਰਣਾ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਡੇਰੀ ਡੇਰੀ ਦੇ ਜਿਹੜੇ ਡਾਕਟਰਸ ਹੈਗੇ ਆ ਉਹਨਾਂ ਨੇ ਡੇਰੀ ਵਾਲੇ ਪ੍ਰੋਡਕਟਸ ਨੂੰ ਪ੍ਰਮੋਟ ਕਰਨਾ ਹੈਗਾ ਆ ਔਰ ਉਹਨਾਂ ਨੇ ਉਹਦੇ ਫਾਇਦੇ ਦੱਸੀ ਜਾਣੇ ਹੈਗੇ ਆ ਔਰ ਜਿਹੜੇ ਫਾਰਮਰਸ ਦੇ ਯੂਨੀਅਨ ਦੇ ਹੈਗੇ ਆ ਉਹਨਾਂ ਨੇ ਉਹਦੇ ਬਾਰੇ ਦੱਸਣਾ ਹੈਗਾ ਆ ਜਿਹੜੇ ਆਰਟੀਫੀਸ਼ੀਅਲ ਦੁੱਧ ਬਣਾਉਂਦੇ ਹੈ ਸੋਇਆ ਦੁੱਧ ਬਣਾਤਾ ਐਲਮੈਂਟ ਦੁੱਧ ਬਣਾਤਾ ਜਾਂ ਉਹਨਾਂ ਨੇ ਦੂਸਰੇ ਪਾਸੇ ਨੈਚੁਰਲ ਦੁੱਧ ਦੇ ਆਫਗੋ ਨੂੰ ਦੱਸੀ ਜਾਣੇ ਆ ਔਰ ਆਪਣੇ ਦੁੱਧ ਦੇ ਫਾਇਦੇ ਦੱਸੀ ਜਾਣੇ ਆ ਸੋ ਇਸ ਕਰਕੇ ਜਿਹੜੀ ਚੀਜ਼ ਅਸੀਂ ਇੰਟਰਨੈਟ ਦੇ ਉੱਤੇ ਦੇਖਦੇ ਆ ਉਹਨੂੰ ਆਪਣੇ ਆਪ ਤੁਸੀਂ ਦੇਖਣਾ ਹੈ ਕਿ ਤੁਹਾਡੇ ਲਈ ਉਹ ਕਿਸ ਤਰ੍ਹਾਂ ਦੀ ਹੈ ਉਹ ਉਹ ਜਿਹੜੀ ਜਾਗਰੂਕਤਾ ਹੈ ਉਹ ਦੇਣ ਦਾ ਕੰਮ ਅਸੀਂ ਤੁਹਾਨੂੰ ਕੀਤਾ ਹੈ ਤੇ ਹੋਪ ਕਰਦਾ ਹੈ ਕਿ ਤੁਸੀਂ ਇਸ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਓਗੇ ਥੈਂਕ ਯੂ ਵੈਰੀ ਮਚ ਜੀ ਸਰ ਥੈਂਕ ਯੂ ਵੈਰੀ ਮਚ ਅਗਰ ਕਿਸੇ ਦਾ ਕੋਈ ਕੁਐਸਚਨ ਹੈ ਰਿਗਾਰਡਿੰਗ ਮਿਲਕ ਔਰ ਜਾਂ ਫਿਰ ਕੋਈ ਹੋਰ ਪ੍ਰੋਬਲਮ ਤੁਸੀਂ ਡਿਸਕਸ ਕਰ ਸਕਦੇ ਹੋ ਡਾਕਟਰ ਸਾਹਿਬ ਨਾਲ ਤੇ ਅਦਰਵਾਈਜ਼ ਜਿਹੜੀ ਅੱਜ ਦੀ ਇਨਫੋਰਮੇਸ਼ਨ ਸੀਗੀ so that is very uh, clear to all of you that ki jada milk hai ga ya onu concept karna chahiye da hai ki nahi ye dono points thano clear ho gaye hai te hope agar assi uh, bachiyan di vi gal kariye unade growing years di ya fir adults di ya fir ya keh lo ki according to age ਜਿਹੜਾ ਦੁੱਧ ਦੀ ਕੰਜ਼ਪਸ਼ਨ ਆ ਕਿਵੇਂ ਕਰਨੀ ਚਾਹੀਦੀ ਤੇ ਕਿਉਂ ਨਹੀਂ ਕਰਨੀ ਚਾਹੀਦੀ ਉਹ ਸਭ ਕੁਝ ਡਾਕਟਰ ਸਾਹਿਬ ਨੇ ਕਲੀਅਰ ਕਰ ਦਿੱਤਾ ਆ ਫੇਰ ਵੀ ਕੋਈ ਪੁਆਇੰਟਸ ਤੁਹਾਡੇ ਜਿਹੜੇ ਰਹਿ ਜਾਂਦੇ ਆ ਤੁਸੀਂ ਜਿਹੜੇ ਆ ਐਜ਼ ਅ ਕੰਸਲਟ ਤੁਸੀਂ ਕੰਸਲਟ ਕਰ ਸਕਦੇ ਹੋ ਵੈਸੇ YouTube ਤੇ ਜਿਹੜੀਆਂ ਹੈਗੀਆਂ ਰਿਕਾਰਡਿੰਗਸ ਅਪਲੋਡ ਹੋ ਜਾਂਦੀਆਂ ਡਾਕਟਰ ਜਗਤਜੀਤ ਸਿੰਘ ਵਿਰਕ ਜੀ ਦਾ ਆਪਣਾ ਚੈਨਲ ਵੀ ਹੈ ਜਗਤਜੀਤ ਵਿਰਕ ਦੇ ਨਾਮ ਤੋਂ ਹਰ ਦਰ ਹਰ ਵਲਰ ਤੇ ਵੀ ਰਿਕਾਰਡਿੰਗ ਜਿਹੜੀ ਹੈ ਅਪਲੋਡਡ ਹੋ ਜਾਂਦੀ ਹੈ ਸੋ ਡਾਕਟਰ ਸਾਹਿਬ ਦਾ ਥੈਂਕ ਯੂ ਕਰਦੇ ਆ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਆਪਨਾ ਬਹੁਤ ਬਹੁਤ ਸਾਰਾ ਕੀਮਤੀ ਵਕਤ ਸਾਨੂੰ ਦੇਣ ਲਈ ਤੇ ਇੱਕ ਬਹੁਤ ਹੀ ਇਨਫੋਰਮੇਟਿਵ ਇਨਫੋਰਮੇਸ਼ਨ ਦੀ ਕਿ ਕੀ ਇਹਦੇ ਡਰਾਅ ਬੈਕਸ ਆਰ ਕੀ ਬੈਨੀਫਿਟਸ ਆਫ ਮਿਲਕ ਕੰਜ਼ਮਪਸ਼ਨ ਆਈ ਹੋਪ ਸਾਰਿਆਂ ਨੂੰ ਕਲੀਅਰ ਹੋ ਗਏ ਹੋਣਗੇ ਜਿਨ੍ਹਾਂ ਨੇ ਸਾਨੂੰ ਨਹੀਂ ਜੁਆਇਨ ਕੀਤਾ ਤੇ ਉਹ ਦੇ ਆ ਰਿਕਾਰਡਿੰਗਸ ਨੂੰ ਸੁਣਦੇ ਵੀ ਆ ਤੇ ਸ਼ੇਅਰ ਵੀ ਕਰਦੇ ਆ ਤੇ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਥੈਂਕ ਯੂ ਜੀ ਐਂਡ ਥੈਂਕ ਯੂ ਟੂ ਆਲ ਆਫ ਯੂ Who join us ਐਂਡ ਫੇਰ ਮਿਲਾਂਗੇ ਬਹੁਤ ਵਧੀਆ ਇੱਕ ਟੌਪਿਕ ਦੇ ਨਾਲ ਤੇ ਅੱਜ ਲਈ ਇੱਥੇ first good evening to all of you and good morning doctor good morning thank you thank you